ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਹਰਿਆਣਾ ਦੇ ਵਿੱਚ ਵੀ ਹੜਤਾਲ ਦਾ ਅਸਰ ਹੁਣ ਦਿਖਣਾ ਸ਼ੁਰੂ ਹੋ ਚੁੱਕਿਆ ਹੈ ਚੰਡੀਗੜ੍ਹ ਦੇ ਪੈਟਰੋਲ ਪੰਪ ਜਿੰਨੇ ਵੀ ਪੈਟਰੋਲ ਪੰਪਸ ਨੇ ਚਾਹੇ ਪੰਜਾਬ ਦੇ ਪੈਟਰੋਲ ਪੰਪਸ ਨੇ ਉੱਥੇ ਪੈਟਰੋਲ ਡੀਜ਼ਲ ਹਾਲਾਂਕਿ ਲਾਸਟ ਸਟੇਜ ਤੇ ਖਤਮ ਹੋਣ ਵਾਲਾ ਹੈ ਚੰਡੀਗੜ੍ਹ ਦੀ ਇਹ ਤਸਵੀਰਾਂ ਨੇ ਜਿੱਥੇ ਲੰਬੀ-ਲੰਬੀ ਲਾਈਨਾਂ ਲੱਗੀ ਹੋਈਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਾਈਨਾਂ ਲੱਗੀ ਹੋਈਆਂ ਜਿੱਦਾਂ-ਜਿੱਦਾਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਲੋਕੀ ਆਪਣਾ ਫੁੱਲ ਟੈਂਕ ਕਰਵਾਉਣ ਵਾਸਤੇ ਪਹੁੰਚ ਰਹੇ ਕਿਉਂਕਿ ਹੁਣ ਤੱਕ ਦੀ ਜਾਣਕਾਰੀ ਜਿਹੜੀ ਮਿਲੀ ਹੈ ਕਿ ਸਪਲਾਈ ਨਹੀਂ ਆ ਰਹੀ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਸਪਲਾਈ ਨਹੀਂ ਹੋ ਰਹੀ ਚਾਹੇ ਉਹ ਪੈਟਰੋਲ ਪੰਪ ਦੀ ਅਸੀਂ ਗੱਲ ਕਰ ਲਈਏ ਚਾਹੇ ਡੇਲੀ ਨੀਡਸ ਦੀ ਜਿਹੜੀ ਗੱਲ ਹੈ ਸਬਜ਼ੀਆਂ ਹੈ ਉੱਥੇ ਵੀ ਟਰੱਕਸ ਦੀ ਸਪਲਾਈ ਨਾ ਹੋਣ ਕਾਰਨ ਹੁਣ ਉਛਾਲ ਜ਼ਰੂਰ ਵੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਲੰਬਾ ਲੰਬਾ ਜਾਮ ਇਹ ਕੋਈ ਟ੍ਰੈਫਿਕ ਜਾਮ ਨਹੀਂ ਹੈ ਬਲਕਿ ਇਹ ਜਾਮ ਪੈਟਰੋਲ ਪੰਪਸ ਦਾ ਜਾਮ ਹੈ ਔਰ ਕਰੀਬ 1 ਕਿਲੋਮੀਟਰ ਤੱਕ ਇਹ ਪੂਰਾ ਜਾਮ ਲੱਗਿਆ ਹੋਇਆ ਜਿੱਥੇ ਲੋਕੀ ਆਪਣੇ 4-ਵੀਲਰ 2-ਵੀਲਰ ਆਪਣੀ ਗੱਡੀਆਂ ਤੇ ਪੈਟਰੋਲ ਪਾਉਣ ਵਾਸਤੇ ਸਵੇਰ ਤੋਂ ਹੀ ਇਹ ਪੂਰੀ ਲਾਈਨਾਂ ਲੱਗੀ ਹੋਈਆਂ ਹਾਲਾਂਕਿ ਕਈ ਪੈਟਰੋਲ ਪੰਪਸ ਨੇ ਚੰਡੀਗੜ੍ਹ ਦੇ ਜਿੱਥੇ ਪੈਟਰੋਲ ਮੁੱਕ ਚੁੱਕਿਆ ਹੈ ਡੀਜ਼ਲ ਖਤਮ ਹੋ ਚੁੱਕਿਆ ਹੈ ਟੈਂਕਸ ਖਤਮ ਹੋ ਚੁੱਕੇ ਨੇ ਕਾਰਨ ਇਹੀ ਹੈ ਕਿ ਪਿੱਛੋਂ ਸਪਲਾਈ ਨਹੀਂ ਹੋ ਰਹੀ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ ਮੋਸਟਲੀ ਸਪਲਾਈ ਸੰਗਰੂਰ ਤੋਂ ਹੁੰਦੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦੀ ਹੈ ਇਸ ਕਰਕੇ ਪੂਰਾ ਲੰਬਾ ਜਾਮ ਇਸ ਕਰਕੇ ਲੱਗਿਆ ਹੋਇਆ ਹੈ ਕਿ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਕੁਛ ਹੀ ਦਿਨ ਤੱਕ ਖਤਮ ਹੋ ਜੇਗੀ ਇਹ ਜਾਣਕਾਰੀ ਪੈਟਰੋਲ ਪੰਪ ਦੇ ਐਸੋਸੀਏਸ਼ਨ ਵੱਲੋਂ ਦਿੱਤੀ ਗਈ ਹੈ ਕਿਉਂਕਿ ਰੋਡ ਤੇ ਵੀ ਹੁਣ ਗੱਡੀਆਂ ਖੜੀ ਹੋ ਚੁੱਕੀਆਂ ਕਿਉਂਕਿ ਲੋਕਾਂ ਦੇ ਗੱਡੀਆਂ 'ਚ ਪੈਟਰੋਲ ਕਿ ਕਿਸੇ ਨੂੰ ਨਹੀਂ ਪਤਾ ਸੀ ਇਸ ਕਰਕੇ ਸਵੇਰ ਤੋਂ ਹੀ ਇਹ ਲਾਈਨਾਂ ਲੰਬੀ-ਲੰਬੀ ਲਾਈਨਾਂ ਲੱਗੀ ਹੋਈਆਂ ਇਹ ਪੈਟਰੋਲ ਪੰਪ ਦੀ ਤਸਵੀਰ ਹੈ ਚੰਡੀਗੜ੍ਹ ਦੇ ਸੈਕਟਰ 48 ਦੀ ਇਹ પેટ્રોલ ਪੰਪ ਹੈ ਜਿੱਥੇ ਇਹ ਤਸਵੀਰਾਂ ਤੁਸੀਂ ਵੇਖੋ ਚਾਹੇ ਉਹ ਟੂ-ਵੀਲਰ ਹੋਣ ਚਾਹੇ ਉਹ ਫੋਰ-ਵੀਲਰ ਹੋਣ ਪੂਰੀ ਲੰਬੀ ਲੰਬੀ ਲਾਈਨਾਂ ਲੱਗੀ ਹੋਈਆਂ ਔਰ ਇਹ પેટ્રોલ ਪੰਪ ਦੀ ਤਸਵੀਰਾਂ ਨੇ ਕਰੀਬ 1-1 ਕਿਲੋਮੀਟਰ ਤੱਕ ਇਹ ਤਸਵੀਰਾਂ ਹਰ ਇੱਕ પેટ્રોલ ਪੰਪ ਜਿੱਥੇ-ਜਿੱਥੇ પેટ્રોલ ਪੰਪ ਚ પેટ્રોલ ਜਾਂ ਡੀਜ਼ਲ ਹੈਗਾ ਉੱਥੇ ਕਾਫੀ ਜ਼ਿਆਦਾ ਲਾਈਨਾਂ ਲੱਗੀ ਹੋਈਆਂ ਕਿਉਂਕਿ ਦੁਪਹਿਰ ਤੱਕ ਕਹਿ ਸਕਦੇ ਆ ਕਿ ਜਿਹੜੇ પેટ્રોલ ਐਸੋਸੀਏਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਨਾ ਹੋਣ ਕਰਕੇ ਇਹ ਪੈਟਰੋਲ ਜਿਹੜੇ ਲੋਕ ਪਵਾ ਰਹੇ ਆ ਦੁਪਹਿਰ ਤੱਕ ਖਤਮ ਹੋ ਜਾਏਗਾ ਯਾਨੀ ਕਿ ਪੈਟਰੋਲ ਪੰਪ ਵੀ ਖਾਲੀ ਹੋ ਜਾਣਗੇ ਚਾਹੇ ਉਹ ਪੈਟਰੋਲ ਦੀ ਗੱਲ ਹੋਵੇ ਡੀਜ਼ਲ ਦੀ ਗੱਲ ਹੋਵੇ ਔਰ ਲੋਕਾਂ ਨੂੰ ਹਾਲਾਂਕਿ ਪਰੇਸ਼ਾਨੀ ਤਾਂ ਜ਼ਰੂਰ ਹੋ ਰਹੀ ਹੈ ਖੱਜਲ ਖਵਾਰੀ ਜ਼ਰੂਰ ਹੋ ਰਹੀ ਹੈ ਲੇਕਿਨ ਚਾਹੀਏ ਸਬਜ਼ੀ ਮੰਡੀ ਦੀ ਅਸੀਂ ਗੱਲ ਕਰ ਲਈਏ ਡੇਲੀ ਨੀਦੀ ਦੀ ਗੱਲ ਕਰ ਲਈਏ ਪੈਟਰੋਲ ਪੰਪ ਦੀ ਗੱਲ ਕਰ ਲਈਏ ਸਪਲਾਈ ਟਰੱਕਸ ਦੀ ਜਿੰਨੀ ਵੀ ਸਪਲਾਈ ਹੈ ਉਹ ਬੰਦ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਚ ਇਹਦਾ ਉਸ ਅਸਰ ਕਾਫੀ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਹੜਤਾਲ ਖਤਮ ਨਹੀਂ ਹੁੰਦੀ ਤਾਂ ਇਸ ਦਾ ਅਸਰ ਜ਼ਰੂਰ ਵੇਖਣ ਨੂੰ ਮਿਲ ਸਕਦਾ ਹੈ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਹਰਿਆਣਾ ਦੇ ਵਿੱਚ ਵੀ ਹੜਤਾਲ ਦਾ ਅਸਰ ਹੁਣ ਦਿਖਣਾ ਸ਼ੁਰੂ ਹੋ ਚੁੱਕਿਆ ਹੈ ਚੰਡੀਗੜ੍ਹ ਦੇ ਪੈਟਰੋਲ ਪੰਪ ਜਿੰਨੇ ਵੀ ਪੈਟਰੋਲ ਪੰਪਸ ਨੇ ਚਾਹੇ ਪੰਜਾਬ ਦੇ ਪੈਟਰੋਲ ਪੰਪਸ ਨੇ ਉੱਥੇ ਪੈਟਰੋਲ ਡੀਜ਼ਲ ਹਾਲਾਂਕਿ ਲਾਸਟ ਸਟੇਜ ਤੇ ਖਤਮ ਹੋਣ ਵਾਲਾ ਚੰਡੀਗੜ੍ਹ ਦੀ ਇਹ ਤਸਵੀਰਾਂ ਨੇ ਜਿੱਥੇ ਲੰਬੀ-ਲੰਬੀ ਲਾਈਨਾਂ ਲੱਗੀ ਹੋਈਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਾਈਨਾਂ ਲੱਗੀ ਹੋਈਆਂ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗ ਰਿਹਾ ਲੋਕੀ ਆਪਣਾ ਫੁੱਲ ਟੈਂਕ ਕਰਵਾਉਣ ਵਾਸਤੇ ਪਹੁੰਚ ਰਹੇ ਕਿਉਂਕਿ ਹੁਣ ਤੱਕ ਦੀ ਜਾਣਕਾਰੀ ਜਿਹੜੀ ਮਿਲੀ ਹੈ ਕਿ ਸਪਲਾਈ ਨਹੀਂ ਆ ਰਹੀ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਸਪਲਾਈ ਨਹੀਂ ਹੋ ਰਹੀ ਚਾਹੇ ਉਹ ਪੈਟਰੋਲ ਪੰਪ ਦੀ ਅਸੀਂ ਗੱਲ ਕਰ ਲਈਏ ਚਾਹੇ ਡੇਲੀ ਨੀਂਦ ਦੀ ਜਿਹੜੀ ਗੱਲ ਹੈ ਸਬਜ਼ੀਆਂ ਉੱਥੇ ਵੀ ਟਰੱਕਸ ਦੀ ਸਪਲਾਈ ਨਾ ਹੋਣ ਕਾਰਨ ਹੁਣ ਉਛਾਲ ਜ਼ਰੂਰ ਵੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਲੰਬਾ ਲੰਬਾ ਜਾਮ ਇਹ ਕੋਈ ਟ੍ਰੈਫਿਕ ਜਾਮ ਨਹੀਂ ਹੈ ਬਲਕਿ ਇਹ ਜਾਮ પેટ્રોલ ਪੰਪਸ ਦਾ ਜਾਮ ਹੈ ਔਰ ਕਰੀਬ 1-1 ਕਿਲੋਮੀਟਰ ਤੱਕ ਇਹ ਪੂਰਾ ਜਾਮ ਲੱਗਿਆ ਹੋਇਆ ਜਿੱਥੇ ਲੋਕੀ ਆਪਣੇ 4-ਵিলার 2-ਵিলার ਆਪਣੀ ਗੱਡੀਆਂ ਤੇ પેટ્રોલ ਪਾਉਣ ਵਾਸਤੇ ਸਵੇਰ ਤੋਂ ਹੀ ਇਹ ਪੂਰੀ ਲਾਈਨਾਂ ਲੱਗੀ ਹੋਈਆਂ ਹਾਲਾਂਕਿ ਕਈ પેટ્રોલ ਪੰਪਸ ਨੇ ਚੰਡੀਗੜ੍ਹ ਦੇ ਜਿੱਥੇ પેટ્રોલ ਮੁੱਕ ਚੁੱਕਿਆ ਹੈ ਡੀਜ਼ਲ ਖਤਮ ਹੋ ਚੁੱਕਿਆ ਹੈ ਟੈਂਕਸ ਖਤਮ ਹੋ ਚੁੱਕੇ ਨੇ ਕਾਰਨ ਇਹ ਹੀ ਹੈ ਕੇ ਪਿੱਛੋਂ ਸਪਲਾਈ ਨਹੀਂ ਹੋ ਰਹੀ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ ਮੋਸਟਲੀ ਸਪਲਾਈ ਸੰਗਰੂਰ ਤੋਂ ਹੁੰਦੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦੀ ਹੈ ਇਸ ਕਰਕੇ ਪੂਰਾ ਲੰਬਾ ਜਾਮ ਇਸ ਕਰਕੇ ਲੱਗਿਆ ਹੋਇਆ ਹੈ ਕਿ પેટ્રોલ ਤੇ ਡੀਜ਼ਲ ਦੀ ਸਪਲਾਈ ਕੁਛ ਹੀ ਦਿਨ ਤੱਕ ਖਤਮ ਹੋ ਜੇਗੀ ਇਹ ਜਾਣਕਾਰੀ પેટ્રોલ ਪੰਪ ਦੇ ਐਸੋਸੀਏਸ਼ਨ ਵੱਲੋਂ ਦਿੱਤੀ ਗਈ ਹੈ ਕਿਉਂਕਿ ਰੋਡ ਤੇ ਵੀ ਹੁਣ ਗੱਡੀਆਂ ਖੜੀ ਹੋ ਚੁੱਕੀਆਂ ਕਿਉਂਕਿ ਲੋਕਾਂ ਦੇ ਗੱਡੀਆਂ 'ਚ પેટ્રોલ ਕਿਸੇ ਨੂੰ ਨਹੀਂ ਪਤਾ ਸੀ ਇਸ ਕਰਕੇ ਸਵੇਰ ਤੋਂ ਹੀ ਇਹ ਲਾਈਨਾਂ ਲੰਬੀ ਲੰਬੀ ਲਾਈਨਾਂ ਲੱਗੀ ਹੋਈਆਂ ਇਹ ਪੈਟਰੋਲ ਪੰਪ ਦੀ ਤਸਵੀਰ ਹੈ ਚੰਡੀਗੜ੍ਹ ਦੇ ਸੈਕਟਰ 48 ਦੀ ਇਹ ਪੈਟਰੋਲ ਪੰਪ ਹੈ ਜਿੱਥੇ ਇਹ ਤਸਵੀਰਾਂ ਤੁਸੀਂ ਵੇਖੋ ਚਾਹੇ ਉਹ ਟੂ-ਵੀਲਰ ਹੋਣ ਚਾਹੇ ਉਹ ਫੋਰ-ਵੀਲਰ ਹੋਣ ਪੂਰੀ ਲੰਬੀ ਲੰਬੀ ਲਾਈਨਾਂ ਲੱਗੀ ਹੋਈਆਂ ਔਰ ਇਹ ਪੈਟਰੋਲ ਪੰਪ ਦੀ ਤਸਵੀਰਾਂ ਨੇ ਕਰੀਬ 1-1 ਕਿਲੋਮੀਟਰ ਤੱਕ ਇਹ ਤਸਵੀਰਾਂ ਹਰ ਇੱਕ ਪੈਟਰੋਲ ਪੰਪ ਜਿੱਥੇ-ਜਿੱਥੇ ਪੈਟਰੋਲ ਪੰਪ 'ਚ ਪੈਟਰੋਲ ਜਾਂ ਡੀਜ਼ਲ ਹੈਗਾ ਉੱਥੇ ਕਾਫੀ ਜ਼ਿਆਦਾ ਲਾਈਨਾਂ ਲੱਗੀ ਹੋਈਆਂ ਕਿਉਂਕਿ ਦੁਪਹਿਰ ਤੱਕ ਕਹਿ ਸਕਦੇ ਆ ਕਿ ਜਿਹੜੇ ਪੈਟਰੋਲ ਐਸੋਸੀਏਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਨਾ ਹੋਣ ਕਰਕੇ ਇਹ ਪੈਟਰੋਲ ਜਿਹੜੇ ਲੋਕ ਪਵਾ ਰਹੇ ਆ ਦੁਪਹਿਰ ਤੱਕ ਖਤਮ ਹੋ ਜਾਏਗਾ ਯਾਨੀ ਕਿ ਪੈਟਰੋਲ ਪੰਪ ਵੀ ਖਾਲੀ ਹੋ ਜਾਣਗੇ ਚਾਹੇ ਉਹ ਪੈਟਰੋਲ ਦੀ ਗੱਲ ਹੋਵੇ ਡੀਜ਼ਲ ਦੀ ਗੱਲ ਹੋਵੇ ਔਰ ਲੋਕਾਂ ਨੂੰ ਹਾਲਾਂਕਿ ਪਰੇਸ਼ਾਨੀ ਤਾਂ ਜ਼ਰੂਰ ਹੋ ਰਹੀ ਹੈ ਖੱਜਲ ਖਵਾਰੀ ਜ਼ਰੂਰ ਹੋ ਰਹੀ ਹੈ ਲੇਕਿਨ ਚਾਹੀਏ ਸਬਜ਼ੀ ਮੰਡੀ ਦੀ ਅਸੀਂ ਗੱਲ ਕਰ ਲਈਏ ਡੇਲੀ ਨੀਦੀ ਦੀ ਗੱਲ ਕਰ ਲਈਏ ਪੈਟਰੋਲ ਪੰਪ ਦੀ ਗੱਲ ਕਰ ਲਈਏ ਸਪਲਾਈ ਟਰੱਕਸ ਦੀ ਜਿੰਨੀ ਵੀ ਸਪਲਾਈ ਹੈ ਉਹ ਬੰਦ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਚ ਇਹਦਾ ਉਸ ਅਸਰ ਕਾਫੀ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਹੜਤਾਲ ਖਤਮ ਨਹੀਂ ਹੁੰਦੀ ਤਾਂ ਇਸ ਦਾ ਅਸਰ ਜ਼ਰੂਰ ਵੇਖਣ ਨੂੰ ਮਿਲ ਸਕਦਾ ਹੈ